ਫਾਈਨਲੀ ਬਲਾਸਟ ਹੋ ਚੁੱਕਾ ਦੋਸਤੋ, ਜਿਸ ਗਾਣੇ ਦਾ ਕਿ 6 ਮਹੀਨੇ ਤੋਂ ਵੇਟ ਹੋ ਰਿਹਾ ਸੀ, ਡਲੀਮਾ ਗਾਣਾ ਸਿੱਧੂ ਮੂਸੇਵਾਲੇ ਦਾ। ਕੱਲ੍ਹ ਸਟੈਫ ਲੰਡਨ ਨੇ ਇੱਕ ਸਟੋਰੀ ਪਾ ਕੇ ਇੰਸਟਾਗ੍ਰਾਮ ਦੇ ਉੱਤੇ ਛੇਤੀ ਸਾਰੇ ਫੈਨ ਨੂੰ ਖੁਸ਼ਖਬਰੀ ਦੇ ਦਿੱਤੀ ਕਿ ਛੇਤੀ ਗਾਣਾ ਆਉਣ ਵਾਲਾ ਸਿੱਧੂ ਮੂਸੇਵਾਲੇ ਦਾ। ਜੂਨ ਮਹੀਨੇ ਦੇ ਵਿੱਚ ਐਲਬਮ ਵੀ ਸਟੈਫ ਲੰਡਨ ਦੀ ਰਿਲੀਜ਼ ਹੋਊਗੀ, ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਡਲੀਮਾ ਗਾਣੇ ਨੇ ਪੂਰੀ ਐਲਬਮ ਦੀ ਹਾਈਪ ਬਣਾਈ ਹੋਈ ਹੈ। ਛੇਤੀ ਹੀ ਬਿੱਗ ਬਲਾਸਟ ਹੋਊਗਾ, ਇਹ ਬਹੁਤ ਹੀ ਹਿੱਟ ਗਾਣਾ ਜਾਣ ਵਾਲਾ ਹੈ, ਕਿਉਂਕਿ ਜਿਸਦੀ ਹੀ ਵੇਟ ਪਹਿਲਾਂ ਹੀ 6-7 ਮਹੀਨਿਆਂ ਤੋਂ ਹੋ ਰਹੀ ਹੈ। ਇਹ ਬਹੁਤ ਹੀ ਨੰਬਰਾਂ ਦੇ ਵਿੱਚ ਜਾਊਗਾ ਗਾਣਾ, ਅਤੇ ਖਿੱਚ ਕੇ ਪੂਰੀ ਸਪੋਰਟ ਰੱਖਿਓ ਪਹਿਲਾਂ ਵਾਂਗ। ਅਤੇ ਬਾਕੀ ਜਦੋਂ ਵੀ ਕੋਈ ਹੋਰ ਗਾਣੇ ਬਾਰੇ ਅਪਡੇਟ ਮਿਲਦੀ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਉਦੋਂ ਤੱਕ ਕਰ ਲਓ ਚੈਨਲ ਸਬਸਕ੍ਰਾਈਬ। ਧੰਨਵਾਦ।